ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਰਿਟਾਇਰਡ ਜਸਟਿਸ ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ ਜ਼ਰੀਏ ਵੱਡੇ ਵੱਡੇ ਕ੍ਰਿਮੀਨਲ ਲੋਕਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਉਹਨਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਲੀਨ ਚਿੱਟ ਦੇਣ 'ਤੇ ਸਵਾਲ ਉਠਾਏ ਅਤੇ ਦਾਦੂਵਾਲ ਨੂੰ ਖਾਲਿਸਤਾਨੀ ਦੱਸਿਆ। ਉੱਧਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੰਦਿਆਂ ਅਕਾਲੀ ਦਲ ਵਿਚਲੇ ਖਾਲਿਸਤਾਨੀ ਆਗੂਆਂ ਦੇ ਨਾਂ ਗਿਣਾਏ। ਆਹ ਜਿਹੜੇ ਕਮਿਸ਼ਨ ਹੈ, ਆਹ ਜਸਟਿਸ ਜਿਹੜਾ ਹੈਗਾ ਰਣਜੀਤ ਸਿੰਘ ਅਤੇ ਜਿਹੜੇ ਦੋ ਜਸਟਿਸ ਹੈ ਮਹਿਤਾਬ ਸਿੰਘ, ਆਹ ਤਾਂ ਉਹਨਾਂ ਚੇਤੇ ਹੈ। ਆਹ ਤਾਂ ਠੱਗੀ ਠੋਰੀ ਦਾ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ। ਵੱਡੇ ਵੱਡੇ ਕ੍ਰਿਮੀਨਲਸ ਨੂੰ ਹੁਣ ਕਲੀਨ ਚਿੱਟ ਦੇਣ ਦਾ ਮੌਕਾ ਮਿਲ ਗਿਆ। ਹੁਣ ਦਾਦੂਵਾਲ ਨੂੰ ਕਹਿੰਦੇ ਹੈ ਕਲੀਨ ਚਿੱਟ। ਦਾਦੂਵਾਲ ਸੀ ਪਹਿਲੇ ਰਲਿਆ। ਦਾਲੂ ਦਾ ਦਾਦੂਵਾਲ ਕੌਣ ਹੈ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਹੈ? ਉਹਨੂੰ ਕਲੀਨ ਚਿੱਟ ਦਿੰਦੇ ਹੈ। ਜਿਹਨੇ ਸਾਰੇ ਵਿਵਾਦ ਪੰਜਾਬ ਦੇ ਵਿੱਚ ਦੋ ਫੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕਲੀਨ ਚਿੱਟ ਦਿੰਦੇ ਹੈ। ਜਿਹਨੇ ਇੰਨਾ ਜ਼ੁਲਮ ਇਹੋ ਜਿਹੇ ਬੰਦੇ ਹੁਣ ਜਾਣ ਕੇ ਜਸਟਿਸ ਮਹਿਤਾਬ ਸਿੰਘ, ਕਿਉਂਕਿ ਕੈਪਟਨ ਦਾ ਚੇਤਾ ਹੈ, ਰੋਜ਼ ਇਕੱਠੇ ਸ਼ਾਮ ਨੂੰ ਇਕੱਠੇ ਹੁੰਦੇ ਆ। ਰਾਜ ਸੱਤਾ ਖੁਸ਼ਣ ਦੀ ਜਿਹੜੀ ਤਕਲੀਫ ਸੁਖਬੀਰ ਸਿੰਘ ਬਾਦਲ ਨੂੰ ਆ, ਉਹ ਸ਼ਾਇਦ ਕਿਸੇ ਹੋਰ ਸਿਆਸਤਦਾਨ ਨੂੰ ਕਦੇ ਵੀ ਨਾ ਹੋਈ ਹੋਵੇ। ਬੁਖਲਾਹਟ ਵਿੱਚ ਆ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜੀ, ਇਹ ਠੱਗਾ ਠੂਰੀ ਹੈ ਜੀ, ਇਹ ਜਸਟਿਸ ਜਿਹੜੇ ਬੈਠੇ ਨੇ, ਕਮਿਸ਼ਨ ਬੈਠੇ ਆ, ਇਹ ਗਲਤ ਆ, ਅਸੀਂ ਮੰਨਦੇ ਨਹੀਂ ਆ। ਕ੍ਰਿਮੀਨਲ ਬੰਦਿਆਂ ਨੂੰ, ਖਾਲਿਸਤਾਨੀ ਬੰਦਿਆਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਜੇਕਰ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਬੰਦਾ, ਦਿਨ ਰਾਤ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਬੰਦਾ, ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਾਲਾ ਬੰਦਾ, ਜਿਹਨੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਅਤੇ ਸਿੱਖ ਮੁੱਦਿਆਂ 'ਤੇ ਸੰਘਰਸ਼ ਕੀਤਾ, ਸੌਦਾ ਸਾਧ ਦੇ ਖਿਲਾਫ ਫੈਸਲਾ ਕੁੰਨ ਲੜਾਈ ਲੜੀ, ਸਭ ਤੋਂ ਵੱਧ ਮੁਕੱਦਮੇ ਅਤੇ ਜੇਲ੍ਹਾਂ 'ਚ ਲਈਆਂ, ਜੇਕਰ ਉਹੋ ਜਿਹਾ ਬੰਦਾ ਸਿੱਖੀ ਦੀ ਸੇਵਾ ਕਰਨ ਵਾਲਾ ਕ੍ਰਿਮੀਨਲ ਆ, ਤਾਂ ਫਿਰ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਬਾਦਲ, ਫਿਰ ਸ਼ਾਂਤੀ ਦਾ ਦੂਤ 'ਤੇ ਤੁਹਾਡਾ ਸੌਦਾ ਸਾਧ ਯਾਰ ਹੀ ਆ ਤੁਹਾਡਾ, ਜਿਹੜਾ ਅੱਜ ਸੁਨਾਰੀਆ ਜੇਲ੍ਹ 'ਚ ਬੈਠਾ ਆਪਣੇ ਪਾਪ ਕਰਮਾਂ ਦਾ ਪਛਤਾਵ ਕਰ ਰਿਹਾ, ਤੁਸੀਂ ਤਾਂ ਉਹਨੂੰ ਮਾਫ਼ੀਨਾਮੇ ਦਵਾਉਂਦੇ ਰਹੇ, ਉਹਦੇ ਕੋਲ ਵੋਟਾਂ ਮੰਗਦੇ ਰਹੇ ਹਾਂ, ਫਿਰ ਉਹ ਸ਼ਾਂਤੀ ਦਾ ਦੂਤ, ਜੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਕ੍ਰਿਮੀਨਲ ਆ ਤਾਂ ਫਿਰ ਸੌਦਾ ਸਾਧ ਸ਼ਾਂਤੀ ਦਾ ਦੂਤ ਆ, ਉਹਦੀ ਰੋਟੀ ਲੈ ਕੇ ਜਾਇਆ ਕਰੋ ਸੁਨਾਰੀਆ ਜੇਲ੍ਹ, ਨਾਲੇ ਉਹਦਾ ਹਾਲ ਚਾਲ ਪੁੱਛ ਕੇ ਆਇਆ ਕਰੋ, ਸੁਨਾਰੀਆ ਜੇਲ੍ਹ ਦੇ ਵਿੱਚ ਤੁਹਾਡਾ ਯਾਰ ਆ। ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਜੇ ਅਸੀਂ ਕ੍ਰਿਮੀਨਲ ਹਾਂ ਜਾਂ ਖਾਲਿਸਤਾਨੀ ਹਾਂ, ਤਾਂ ਫਿਰ ਸਰਬੱਤ ਖਾਲਸਾ ਤੋਂ ਚਾਰ ਦਿਨ ਪਹਿਲਾਂ ਸੁਖਬੀਰ ਬਾਦਲ ਮੇਰੇ ਕੋਲ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਸਵੇਰੇ 10 ਵਜੇ ਤੋਂ 11 ਵਜੇ ਤੱਕ ਕਿਉਂ ਬੈਠੇ ਰਹੇ ਚਾਰ ਦਿਨ ਪਹਿਲਾਂ ਸਰਬੱਤ ਖਾਲਸਾ ਤੋਂ? ਜੇਕਰ ਮੈਂ ਤੁਹਾਡੇ ਲਾਲਚਾਂ 'ਚ ਆ ਜਾਂਦਾ ਜਾਂ ਡਰਾਵਿਆਂ ਤੋਂ ਡਰ ਜਾਂਦਾ, ਤੁਹਾਡਾ ਅਹੁਦਾ ਲੈ ਲੈਂਦਾ, ਫਿਰ ਤਾਂ ਮੇਰੇ ਵਰਗਾ ਸ਼ਾਂਤੀ ਦੂਤ ਕੋਈ ਨਹੀਂ। ਪਰ ਜੇ ਮੈਂ ਤੁਹਾਡੇ ਲਾਲਚਾਂ ਨੂੰ, ਤੁਹਾਡੀਆਂ ਡਰਾਵਿਆਂ ਨੂੰ ਜਿਹੜਾ ਅਸੀਂ ਪਰੇ ਕਰ ਦਿੱਤਾ, ਪਰਵਾਹ ਨਹੀਂ ਕੀਤੀ, ਇੱਕ ਸਿੱਖ ਹੋਣ ਦੇ ਨਾਤੇ ਸਰਬੱਤ ਖਾਲਸਾ 'ਚ ਸ਼ਾਮਿਲ ਹੋਇਆ ਅਤੇ ਮੈਂ ਕ੍ਰਿਮੀਨਲ ਅਤੇ ਖਾਲਿਸਤਾਨੀ ਬਣ ਗਿਆ, ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖ ਅਤੇ ਗੈਰ ਸਿੱਖ ਜਾਣਦੇ ਆ ਕਿ ਬਾਦਲਾਂ ਨੇ ਜੋ ਪੰਥ ਅਤੇ ਪੰਜਾਬ ਦਾ ਨੁਕਸਾਨ ਕੀਤਾ, ਜਿਹੜਾ ਵੀ ਬੰਦਾ ਪੰਥ ਅਤੇ ਪੰਜਾਬ ਲਈ ਆਵਾਜ਼ ਚੁੱਕਦਾ ਉਹਨੂੰ ਇਹ ਖਾਲਿਸਤਾਨੀ ਕਹਿ ਕੇ, ਕ੍ਰਿਮੀਨਲ ਕਹਿ ਕੇ ਡਰਾਉਂਦੇ ਆ, ਲੋਕਾਂ ਨੂੰ ਗੁੰਮਰਾਹ ਕਰਦੇ ਆ। ਮੈਂ ਹੈਰਾਨ ਹਾਂ ਕਿ ਜਿਹੜਾ ਬਾਦਲਾਂ ਦੀ ਛਤਰ ਛਾਇਆ 'ਚ ਆ ਗਿਆ ਉਹ ਤਾਂ ਸ਼ਾਂਤੀ ਦੂਤ ਆ, ਮੇਰੇ 'ਤੇ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮੁਕੱਦਮਾ ਦਰਜ ਨਹੀਂ ਹੈ, ਨਾ ਖਾਲਿਸਤਾਨ ਦਾ ਨਾ ਕੋਈ ਕ੍ਰਿਮੀਨਲ। ਮੈਂ ਤਾਂ ਸੁਖਬੀਰ ਬਾਦਲ ਨੂੰ ਕਹਿਣਾ ਚਾਹੁੰਦਾ, ਕ੍ਰਿਮੀਨਲ ਤਾਂ ਤੂੰ ਆ,
ਕ੍ਰਿਮੀਨਲ ਕੇਸ ਦਰਜ ਹੈ ਤੇਰੇ 'ਤੇ, ਕੋਟਕਪੂਰੇ ਵਾਲਾ ਕ੍ਰਿਮੀਨਲ ਕੇਸ ਦਰਜ ਹੈ ਤੇਰੇ 'ਤੇ, ਮੇਰੇ 'ਤੇ ਤਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਕਰਦੇ ਹਾਂ, ਡੇਰਾ ਸਿੱਖ ਵਿਵਾਦ ਵਿੱਚ ਮੁਕੱਦਮੇ ਦਰਜ ਕੀਤੇ ਆ, ਕ੍ਰਿਮੀਨਲ 'ਤੇ ਤੂੰ, ਕ੍ਰਾਈਮ ਦਾ ਤੂੰ ਕੀਤਾ, ਤੇਰੇ ਹੁਕਮਾਂ 'ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋਏ ਆ, ਤੇਰੇ ਕ੍ਰਾਈਮ ਕਰਕੇ ਦਰਸ਼ਨ ਸਿੰਘ ਲੁਹਾਰਾ ਲੁਧਿਆਣੇ 'ਚ ਸ਼ਹੀਦ ਹੋਇਆ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੂੰ ਸ਼ਹੀਦ ਕੀਤਾ, ਕ੍ਰਿਮੀਨਲ ਤਾਂ ਤੂੰ ਆ, ਤੇਰੇ ਹੁਕਮਾਂ ਦੇ ਉੱਤੇ ਸਾਰਾ ਕੁਝ ਜਿਹੜਾ ਸੀਗਾ ਜ਼ਬਰ ਜ਼ੁਲਮ ਹੋਇਆ, ਕ੍ਰਾਈਮ ਹੋਇਆ, ਤੇਰੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕ੍ਰਿਮੀਨਲ ਤਾਂ ਤੂੰ ਆ, ਕ੍ਰਿਮੀਨਲ ਦੂਜਿਆਂ ਨੂੰ ਕਹਿੰਦਾ, ਨਾਲੇ ਤੂੰ ਮੈਨੂੰ ਖਾਲਿਸਤਾਨੀ ਕਹਿੰਦਾ ਅਤੇ ਲੋਕਾਂ ਨੂੰ ਡਰਾਉਣਾ ਚਾਹੁੰਦਾ, ਗੁੰਮਰਾਹ ਕਰਨਾ ਚਾਹੁੰਦਾ, ਭਰਮ ਪਾਉਣਾ ਚਾਹੁੰਦਾ, ਮੈਂ ਪੁੱਛਣਾ ਚਾਹੁੰਦਾ ਤੇਰਾ ਯਾਰ, ਤੇਰਾ ਸਿਪਾਹ ਸਲਾਰ ਵਿਰਸਾ ਸਿੰਘ ਵਲਟੂਆ ਕੌਣ ਆ, ਰਜਿੰਦਰ ਸਿੰਘ ਮਹਿਤਾ ਕੌਣ ਆ, ਅਮਰਜੀਤ ਸਿੰਘ ਚਾਵਲਾ ਕੌਣ ਆ, ਇਹ ਤਾਂ ਖਾਲਿਸਤਾਨ ਦੀ ਲੜਾਈ ਵਿੱਚ 1984 ਦੀ ਮੂਵਮੈਂਟ ਵਿੱਚ ਸੀਗੇ, ਅੱਜ ਇਹ ਤੇਰੇ ਨਾਲ ਆ ਅਤੇ ਅੱਜ ਉਹ ਸ਼ਾਂਤੀ ਦੇ ਦੂਤ ਆ, ਜੇ ਤੇਰੇ ਨਾਲ ਨਾ ਹੁੰਦੇ ਤਾਂ ਉਹ ਖਾਲਿਸਤਾਨੀ ਸੀਗੇ।